ਕੌਣ ਗਏ ਸੀ ਤੁਸੀਂ? ਅਸੀਂ ਤਾਂ ਜੀ ਦੇਖੋ ਇੱਥੇ ਤਿੰਨ ਚਾਰ ਬੁੜੀਆਂ ਸੀਗੀਆਂ, ਉਹ ਗਈਆਂ ਸੀ, ਠੀਕ ਹੈ ਨਾ ਜੀ? ਅਸੀਂ ਇਹੀ ਕਹਿਣ ਗਏ ਸੀਗੀ ਜੀ, ਅਸੀਂ ਜਾਣਾ ਵਾ ਵੀ ਜਾਂ ਤਾਂ ਸਰਪੰਚ ਨੂੰ ਇੱਧਰ ਸੱਦੀਏ ਜਾਂ ਆਪਾਂ ਉੱਧਰ ਚੱਲੀਏ ਉਹਨਾਂ ਦੇ ਘਰ, ਵੀ ਜੋ ਗਰੀਬਾਂ ਨੂੰ ਮਦਦ ਚਾਹੀਦੀ ਆ ਵੀ ਉਹ ਕਰਨ, ਠੀਕ ਹੈ ਨਾ? ਉਹ ਕਹਿੰਦੇ ਜਿਹਨਾਂ ਨੂੰ ਖਾਣ ਨੂੰ ਮਿਲਦਾ ਉਹ ਖਾ ਲਓ, ਜਿਹਨਾਂ ਨੂੰ ਨਹੀਂ ਮਿਲਦਾ ਕਹਿੰਦਾ ਜੀ ਟੱਕਰਾਂ ਮਾਰੋ, ਠੀਕ ਹੈ ਜੀ? ਇਹ ਤਾਂ ਗੱਲਾਂ ਕਹਿਣ ਵਾਲੀਆਂ ਬਣਦੀਆਂ ਨੀ। ਦੇਖੋ ਮੈਂਬਰ ਸਰਪੰਚਾਂ ਦੀ, ਫਿਰ ਉਹਨਾਂ ਨੇ ਇੰਨੀ ਗੱਲ ਕਹੀ ਆ, ਉਹ ਕਹਿੰਦੇ ਵੀ ਮੈਂ ਇੱਧਰਲੇ ਨੀ ਹੈਗੀ ਸਰਪੰਚ ਮੈਂਬਰ ਨੀ, ਵੀ ਮੈਂ ਹੈਗੀ ਉੱਧਰਲੇ ਵਿਹੜੇ ਦੀ, ਠੀਕ ਹੈ ਜੀ? ਮੈਂ ਕਿਹਾ ਚਲੋ ਠੀਕ ਆ, ਇੰਨੀ ਗੱਲ ਤੈਨੂੰ ਚਾਹੀਦਾ ਤਾਂ ਸਾਰੇ ਵਿਹੜੇ ਹੀ ਬੈਠਾ ਵਾ, ਇਕੱਲੇ ਬੰਦੇ ਨੂੰ, ਮੈਂ ਤਾਂ ਇਕੱਲੀ ਹੈ ਨੀ ਜੀ, ਸਾਰੇ ਹੀ ਬੈਠੇ ਨੇ, ਸਾਰਿਆਂ ਦੇ ਘਰੇ ਰਾਸ਼ਨ ਹੈਗਾ ਹਲੇ। ਅੱਛਾ, ਜਦੋਂ ਮੁੱਕ ਜਾਣਾ ਉਦੋਂ ਪਤਾ ਲੱਗ ਜਾਣਾ, ਹਲੇ ਸਾਰਿਆਂ ਦੇ ਘਰੇ ਰਾਸ਼ਨ ਹੈਗਾ ਵਾ। ਆਪਣਾ ਬੇੜਾ ਰੱਬ ਨੂੰ ਟੱਪ ਨਾ ਦੱਸੋ, ਸਾਰਿਆਂ ਦੇ ਘਰ ਦੇ ਵਿੱਚ ਰਾਸ਼ਨ ਹੈਗਾ ਵਾ, ਅਸੀਂ ਤੁਹਾਡੇ ਵਰਗੇ ਹੀ ਆ, ਹਲੇ ਤੁਸੀਂ ਕਮਾਉਂਦੇ ਹੋ, ਅਸੀਂ ਫਿਰ ਵੀ ਵਿਹਲੇ ਆ। ਅੱਛਾ ਜੀ, ਠੀਕ ਆ ਜੀ, ਅਸੀਂ ਕੰਮ ਕਰਦੇ ਆ ਜੀ, ਅਸੀਂ ਕੰਮ ਕਰਦੇ ਆ, ਰੋਜ਼ ਦਿਹਾੜੀ ਲਾਉਂਦੇ ਆ, ਅਸੀਂ ਖਾਂਦੇ ਆ, ਰੋਜ਼ ਕਮਾਉਂਦੇ ਆ, ਸਾਡਾ ਕੀ ਬਣੂ ਜੀ? ਜੇ ਤੁਹਾਡੇ ਵਰਗੇ ਰਾਸ਼ਨ, ਦੇਖੋ ਮੇਰੀ ਗੱਲ ਸੁਣੋ, ਤੁਸੀਂ ਕਹਿੰਦੇ ਹੋ ਅਸੀਂ ਵਿਹਲੇ ਆ, ਤੇ ਅਸੀਂ ਕੰਮ ਕਰਦੇ ਆ, ਦੱਸੋ। ਨਹੀਂ ਤੁਸੀਂ ਤਾਂ ਕੰਮ ਹੁਣ ਤਾਂ ਕਰਦੇ ਹੀ ਹੋ, ਹੁਣ ਤੁਹਾਡੇ ਕੋਲ ਸਾਰਾ ਕੁਝ ਹੈਗਾ, ਹਲੇ ਹਲੇ ਘਰ ਦੇ ਵਿੱਚ ਤੁਹਾਡੇ ਰਾਸ਼ਨ। ਤੁਸੀਂ ਰਾਸ਼ਨ ਪਾ ਕੇ ਗਏ ਸੀ ਜੀ? ਹੈ, ਤੁਸੀਂ ਰਾਸ਼ਨ ਪਵਾ ਕੇ ਗਏ ਸੀ? ਮੈਂ ਕਹਦੇ ਪਵਾ ਕੇ ਦੂੰ ਮੈਂ ਰੱਬਾਂ? ਫਿਰ ਬਸ ਜੀ, ਫਿਰ ਤੁਹਾਡੇ ਲਈ ਗਲਤ ਗੱਲ ਨਹੀਂ, ਸਾਡੇ, ਮੇਰੀ ਗੱਲ ਸੁਣੋ, ਤੁਸੀਂ ਪਿੰਡ ਦੇ ਸਰਪੰਚ ਆ, ਪਹਿਲਾਂ ਤਾਂ ਸਾਰੀ ਗੱਲ ਛੱਡ ਕੇ ਗੱਲ ਮੇਰੀ ਸੁਣ, ਤੂੰ ਪੰਚਾਇਤ ਨੂੰ ਕਾਹਤੇ ਗਾਲਾਂ ਕੱਢਦੀ ਆ? ਕੌਣ ਗਾਲਾਂ ਕੱਢਦਾ ਜੀ, ਮੇਰੇ ਨਾਲ ਜਿੰਨੇ ਬੰਦੇ ਆ ਇੱਥੇ ਬੈਠੇ ਆ, ਇੱਥੇ ਹੀ ਆ ਜਾਓ ਗੱਡੀ ਲੈ ਕੇ, ਜਿਹੜੇ ਬੰਦੇ ਬੈਠੇ ਆ ਨਾ, ਤੁਸੀਂ ਉਹਨਾਂ ਨੂੰ ਪੁੱਛ ਲਓ ਕੌਣ ਗਾਲਾਂ, ਤੁਸੀਂ ਕੌਣ ਕੱਢ ਕੇ ਆਓ? ਉਹ ਨੰਬਰਦਾਰਨੀ ਨੂੰ ਵੀ ਲੈ ਕੇ ਆਓ ਜੀ, ਉਹਨੂੰ ਵੀ ਲੈ ਕੇ ਆਓ ਤੁਸੀਂ, ਜਦੋਂ ਮੈਂ ਤੁਹਾਡੇ ਨਾਲ ਰਿਸਪੈਕਟ ਨਾਲ ਗੱਲ ਕਰ ਰਹੀ ਹਾਂ ਨਾ, ਜਦੋਂ ਮੈਂ ਤੁਹਾਡੇ ਨਾਲ ਰਿਸਪੈਕਟ ਨਾਲ ਗੱਲ ਕਰ ਰਹੀ ਹਾਂ। ਮੇਰੀ ਗੱਲ ਸੁਣ, ਜਾਵੇ ਕੋਈ ਲੀਡਰੀ ਦਾ ਘੋਟ, ਜੇ ਪੰਚਾਇਤ ਨੇ ਕੋਈ ਦੇਣਾ ਹੋਊ ਤਾਂ ਕਿਸੇ ਨੂੰ ਪੁੱਛ ਕੇ ਨੀ ਦੇਣਾ, ਜਾਂ ਜੇ ਪੰਚਾਇਤ ਕੋਲੇ ਕਿਸੇ ਪਾਸੇ ਰਾਸ਼ਨ ਰਾਸ਼ਨ ਜੇ ਆ ਵੀ ਰਿਹਾ ਜੀ, ਉਹ ਰੋਕ ਕਿਉਂ ਰਹੇ ਆ ਫਿਰ? ਕਿਸੇ ਨੂੰ ਤਾਂ ਦੇਣ ਦੇ ਗਰੂਪ ਕਰਦੇ ਨੇ, ਕੌਣ ਰੋਕ ਰਿਹਾ ਦੱਸ, ਕੌਣ ਰੋਕ ਰਿਹਾ? ਕਹਿੰਦੇ ਰੋਕ ਤਾਂ, ਜਿਹੜੇ ਰਾਸ਼ਨ ਦੇ ਕੇ ਜਾਣਾ ਸੀ ਲੋਕਾਂ ਨੇ ਉਹ ਵੀ ਰੋਕਤਾ ਅੱਗਿਓਂ, ਕੌਣ ਕਹਿੰਦਾ ਰੋਕਦਾ? ਲਿਆ ਮੇਰੇ ਕੋਲ ਲਿਖਾ, ਕਹਿੰਦੇ ਲਿਖਾ ਕੇ ਦੇ ਦੋ, ਲਿਖਾ ਲਓ ਜਿਹੜਾ ਕੋਲ ਲਿਖਾਉਣਾ। ਤੁਸੀਂ ਹੁਣ ਸਾਡੇ ਬਾਰੇ ਮਤਲਬ ਕੁਛ ਨੀ ਕਰ ਸਕਦੇ, ਤੁਹਾਡੇ ਹੱਥ ਖੜੇ ਆ ਸਾਡੇ। ਤੂੰ ਪਈ ਇੱਕ ਮਿੰਟ ਮੇਰੀ ਗੱਲ ਸੁਣ, ਜੇ ਤੈਨੂੰ ਮੈਂ ਆ ਕੇ ਕਹਾਂ ਤੂੰ ਮੇਰੇ ਵਾਸਤੇ ਕੀ ਕਰ ਸਕਦੀ ਆ, ਤੇਰੇ ਹੱਥ ਖੜੇ, ਤੂੰ ਕੀ ਕਹੀਂ? ਬਸ ਜੀ, ਫਿਰ ਗਾਹਾਂ ਨੂੰ ਝਾਕ ਨਾ ਰੱਖਿਓ ਕੋਈ ਵੋਟ ਦੀ, ਕਾਹਦੀ ਝਾਕ ਦੀ? ਹਾਂ, ਵੋਟਾਂ ਕਿਹੜੀਆਂ ਪਾਰਟੀਆਂ ਤੇ? ਫਿਰ ਤੁਸੀਂ ਰਾਜਾ ਮੰਦਿਰਾਂ ਹੀ ਬਣ ਗਏ, ਤੁਸੀਂ ਜਨਤਾ ਲਈ ਕੁਛ ਕਰ ਨਹੀਂ ਸਕਦੇ, ਤੁਹਾਡਾ ਇੰਨਾ ਹਿੰਮਤ ਨੀ ਹੈਗੀ ਤੁਹਾਡੇ ਚ, ਜਿਹੜੀ